ਅੱਜ ਸਥਾਨਕ ਚੰਡੀਗੜ੍ਹ ਰੋਡ ਤੇ ਸਥਿਤ ਗ੍ਰੈਂਡ ਪਲਾਜ਼ਾ ਦੇ ਨਜ਼ਦੀਕ ਬਿਜਲੀ ਨਾਲ ਚੱਲਣ ਵਾਲੇ ਇਲੈਕਟ੍ਰੋਨਿਕ ਸਕੂਟਰ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਓਮਦੱਤ ਸ਼ੁਕਲਾ ਤੇ ਰਜਿੰਦਰ ਸਿੰਘ ਵੱਲੋਂ ਸਾਂਝੇ ਰੂਪ 'ਚ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਨੀਸ਼ ਸ਼ੁਕਲਾ ਨੇ ਦੱਸਿਆ ਕਿ ਉਹਨਾਂ ਦੇ ਭਰਾ ਧੀਰਜ ਸ਼ੁਕਲਾ ਅਤੇ ਅੰਕੁਸ਼ ਸ਼ੁਕਲਾ ਨੇ ਸਾਂਝੇ ਰੂਪ ਵਿੱਚ ਜੋਆਈ ਕੰਪਨੀ ਦੇ ਈ ਬੈਕ ਦਾ ਨਵਾਂ ਸ਼ੋਰੂਮ ਖੋਲ੍ਹਿਆ ਹੈ। ਉਹਨਾਂ ਕਿਹਾ ਕਿ ਦੁਨੀਆ ਦੇ ਬਦਲਦੇ ਹੋਏ ਰੂਪ ਅਤੇ ਵਾਤਾਵਰਨ ਦੇ ਵਿਗੜੇ ਰੂਪ ਨੂੰ ਸੰਭਾਲਣ, ਸਭ ਨੂੰ ਬਿਜਲੀ ਤੋਂ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਲੋਕਾਂ ਦੀ ਇਸ ਲੋੜ ਨੂੰ ਵੇਖਦਿਆਂ ਉਹਨਾਂ ਵੱਲੋਂ ਸ਼ਹਿਰ ਵਿੱਚ ਜੋਆਈ ਕੰਪਨੀ ਦਾ ਇੱਕ ਨਵੇਂ ਸ਼ੋਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਸ਼ਹਿਰ 'ਚ ਨਵੇਂ ਈ ਬੈਕ ਦੇ ਸ਼ੋਰੂਮ ਖੋਲ੍ਹਣ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਇਹ ਬਿਜਲੀ ਨਾਲ ਚੱਲਣ ਵਾਲੇ ਸਕੂਟਰ ਅਹਿਮ ਰੋਲ ਅਦਾ ਕਰਨਗੇ। ਇਸ ਲਈ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਇਸ ਮੌਕੇ ਰਾਜ ਕੁਮਾਰ, ਜਨਰਲ ਮੈਨੇਜਰ ਪੰਜਾਬ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਰਕੇਸ਼ ਕਾਲੀਆ, ਜੱਗੀ ਗੌਤਮ, ਕੁਲਵਿੰਦਰ ਸਿੰਘ ਰਕੋਲੀ, ਕੌਂਸਲਰ ਖੁਸ਼ਬੀਰ ਸਿੰਘ ਹੈਪੀ, ਰੂਪੀ ਸ਼ਰਮਾ, ਅਮਿਤ ਮੋਦਗਿੱਲ, ਡਾਕਟਰ ਅਸ਼ਵਨੀ ਕੁਮਾਰ, ਹੈਪੀ ਧਮਾਨ, ਵਿਮਲ ਗੁਮਤਾ, ਵਿੱਕੀ ਬਾਠ, ਰਿੰਕੂ ਟੰਡਨ, ਸਰਪੰਚ ਬਿੱਟੂ ਭੂਵਨਗਰ, ਮਾਨ ਖੜ, ਅਰੋੜਾ, ਕਰਾਲੀ ਆਦਿ ਹਾਜ਼ਰ ਸਨ। ਅੱਜ ਦੀ ਆਵਾਜ਼ ਲਈ ਕਰਾਲੀ ਤੋਂ ਜਗਦੇਵ ਸਿੰਘ ਦੀ ਰਿਪੋਰਟ। ਜੁਆਏ ਈ ਬਾਈਕ ਇੱਕ ਪ੍ਰੋਡਕਟ ਆਇਆ ਇੰਡੀਆ 'ਚ, ਇਲੈਕਟ੍ਰਿਕ ਸਕੂਟਰ ਹੈ। ਮੈਂ ਸਮਝਦਾ ਕਿ ਇਹ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਕਾਰਨ ਕੀ? ਇਸ ਟਾਈਮ ਪੋਲਿਊਸ਼ਨ ਦੀ ਪੂਰੇ ਵਰਲਡ 'ਚ ਬਹੁਤ ਵੱਡੀ ਸਮੱਸਿਆ ਹੈ। ਇੰਡੀਆ 'ਚ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ 'ਚ ਖਾਸ ਕਰਕੇ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ। ਉਹਦੇ ਲਈ ਇਹ ਸਾਡੇ ਬਹੁਤ ਜ਼ਿਆਦਾ ਵਧੀਆ ਹੈ, ਕੋਈ ਪੋਲਿਊਸ਼ਨ ਨਹੀਂ ਕਰਦਾ ਅਤੇ ਮੱਧ ਵਰਗ ਦੇ ਰੇਂਜ ਲਈ ਦੀ ਰੇਂਜ 'ਚ ਹੈ। ਕੋਈ ਪੈਟਰੋਲ ਨਹੀਂ ਪਾਉਣਾ ਪੈਂਦਾ, ਬਿਜਲੀ ਬਹੁਤ ਥੋੜ੍ਹੀ ਕੰਜਪਸ਼ਨ ਬਿਜਲੀ ਦੀ ਹੈਗੀ ਹੈ ਅਤੇ ਇੱਕ ਵਾਰ ਚਾਰਜ ਹੋਣ ਨਾਲ ਇਹ 100 ਕਿਲੋਮੀਟਰ ਤੱਕ ਚੱਲਦਾ ਹੈ ਅਤੇ ਤਕਰੀਬਨ 60 ਤੱਕ ਦੀ ਇਹਦੀ ਸਪੀਡ ਹੈਗੀ ਹੈ। ਮੇਰੇ ਹਿਸਾਬ ਨਾਲ ਬਹੁਤ ਵਧੀਆ ਪ੍ਰੋਡਕਟ ਹੈ ਅਤੇ ਮੈਂ ਕਾਮਨਾ ਕਰਦਾ, ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡੀ ਜੋ ਅੱਜ ਆਪਣਾ ਛੋਟੇ ਵੀਰ ਨੇ ਏਜੰਸੀ ਇੱਥੇ ਲੱਗੀ ਹੈ, ਇਹਨਾਂ ਦਾ ਪ੍ਰੋਡਕਟ ਵੱਧ ਤੋਂ ਵੱਧ ਵਿਕੇ। ਅਤੇ ਅਪੀਲ ਵੀ ਕਰਦਾ ਸ਼ਹਿਰ ਵਾਸੀਆਂ ਨੂੰ, ਪੈਟਰੋਲ ਡੀਜ਼ਲ ਦੇ ਬਜਾਏ ਇਹਨਾਂ ਬਾਈਕਸ ਨੂੰ ਚਲਾਓ, ਅਤੇ ਕਿਉਂਕਿ ਇਨਵਾਇਰਮੈਂਟਲੀ ਸਾਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਨਵਾਇਰਮੈਂਟ ਦਾ ਧਿਆਨ ਰੱਖਦੇ ਹੋਏ ਸਾਰੇ ਇਲੈਕਟ੍ਰਿਕ ਬਾਈਕ, ਧੰਨਵਾਦ। ਵੀਰ ਜੀ, ਅੱਜ ਨਵੀਂ ਏਜੰਸੀ ਖੁੱਲ੍ਹੀ ਹੈ, ਕੀ ਕਹਿਣਾ ਚਾਹੁੰਦੇ? ਬਹੁਤ ਹੀ ਖੁਸ਼ੀਆਂ ਭਰਿਆ ਪਲ ਹੈ ਜੀ ਅੱਜ ਦਾ, ਕਿ ਸਾਡੇ ਸ਼ਹਿਰ ਨੂੰ, ਇਲਾਕੇ ਨੂੰ ਸਾਡੇ ਰਜਨੀਸ਼ ਕੁਮਾਰ ਸੋਨੀ ਜੀ ਜਿਹਨਾਂ ਨੇ ਬਹੁਤ ਵਧੀਆ ਇੱਕ ਚੀਜ਼ ਦਿੱਤੀ ਹੈ ਜਿਹੜਾ ਕਿ ਪੋਲਿਊਸ਼ਨ ਮੁਕਤ ਹੈ ਜੀ। ਈ ਬਾਈਕ ਜਿਹੜੀ ਕਿ ਇਹਨਾਂ ਨੇ ਸ਼ੁਕਲਾ ਈ ਬਾਈਕ ਏਜੰਸੀ ਇੱਥੇ ਨਾਮ ਦੀ ਬਾਈਕ ਦੀ ਏਜੰਸੀ ਖੋਲ੍ਹੀ ਹੈ ਜੀ, ਔਰ ਬਹੁਤ ਹੀ ਇਹਦਾ ਫਾਇਦਾ ਹੋਏਗਾ ਜੀ, ਕਿਉਂਕਿ ਇਨਵਾਇਰਮੈਂਟਲ ਦੇ ਸਿਸਟਮ 'ਚ ਅੱਜ ਦੀ ਸਮੇਂ ਦੀ ਲੋੜ ਹੈ, ਕਿਉਂਕਿ ਜਦੋਂ ਕਿ ਸਾਰਾ ਕਲਾਈਮੇਟ ਪੋਲਿਊਟਡ ਹੈ, ਔਰ ਇਹ ਬਹੁਤ ਵਧੀਆ ਤਕਨੀਕ ਆਈ ਹੈ ਜੀ, ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਵੀ, ਔਰ ਅਸੀਂ ਵਧਾਈ ਦੇ ਰਹੇ ਹਾਂ ਜੀ ਆਪਣੇ ਸ਼ੁਕਲਾ ਸਾਹਿਬ ਨੂੰ, ਇਹਨਾਂ ਨੇ ਬਹੁਤ ਵਧੀਆ ਸਾਡੇ ਸ਼ਹਿਰ ਨੂੰ, ਇਲਾਕੇ ਨੂੰ ਬਹੁਤ ਵਧੀਆ ਚੀਜ਼ ਦਿੱਤੀ ਹੈ। ਥੈਂਕ ਯੂ। ਠੀਕ, ਅੱਜ ਸ਼ੁਕਲਾ ਪਰਿਵਾਰ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ, ਜੋ ਕਿ ਇਹਨਾਂ ਨੇ ਈ ਬਾਈਕ ਦੀ ਏਜੰਸੀ ਲਿੱਤੀ ਹੈ। ਬਹੁਤ ਹੀ ਵਧੀਆ ਬਾਈਕ ਹੈ ਜੁਆਏ ਕੰਪਨੀ, ਇਹ ਆਪਣੇ ਇੰਡੀਆ 'ਚ ਬਹੁਤ ਜ਼ਿਆਦਾ ਸੋਲਿਡ ਬਾਈਕ ਬਣੀ ਹੈ, ਔਰ ਬੈਟਰੀ ਨਾਲ ਚੱਲਦੀ ਹੈ ਅਤੇ ਪੋਲਿਊਸ਼ਨ ਫਰੀ ਹੈ, ਅਤੇ ਮੈਂ ਸਭ ਨੂੰ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਬੈਟਰੀ ਵਾਲੀ ਇਹ ਈ ਬਾਈਕ ਯੂਜ਼ ਕਰੋ, ਤਾਂ ਕਿ ਪੋਲਿਊਸ਼ਨ ਘਟੇ ਅਤੇ ਆਉਣ ਵਾਲਾ ਟਾਈਮ ਸਾਡਾ ਬਿਲਕੁਲ ਵਧੀਆ, ਵਾਤਾਵਰਨ ਸਾਫ਼ ਸੁਥਰਾ ਰਹੇ। ਅਤੇ ਮੈਂ ਫਿਰ ਇੱਕ ਵਾਰੀ ਆਪਣੇ ਵੱਲੋਂ ਅਤੇ ਪ੍ਰਧਾਨ ਜੀ ਵੱਲੋਂ ਪੂਰੇ ਸ਼ੁਕਲਾ ਪਰਿਵਾਰ ਨੂੰ ਵਧਾਈਆਂ। ਲੋ ਜੀ, ਪ੍ਰਧਾਨ ਜੀ, ਅੱਜ ਸ਼ੁਕਲਾ ਪਰਿਵਾਰ ਵੱਲੋਂ ਇੱਕ ਸਕੂਟਰੀ ਦਾ ਏਜੰਸੀ ਦਾ ਉਦਘਾਟਨ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਕਦਮ ਹੈ ਜੋ ਇਹਨਾਂ ਨੇ ਕੰਮ ਸ਼ੁਰੂ ਕੀਤਾ ਸ਼ੁਕਲਾ ਪਰਿਵਾਰ ਨੇ। ਆਉਣ ਵਾਲੇ ਸਮੇਂ 'ਚ ਹਰ ਬੰਦੇ ਦੀ ਲੋੜ ਪੈ ਜਾਵੇ, ਕਿਉਂ ਇਹ ਜੋ ਸਕੂਟਰ ਹੈ ਇਹ ਪ੍ਰਦੂਸ਼ਣ ਰਹਿਤ ਹੈ, ਬੈਟਰੀ 'ਤੇ ਚੱਲਣ ਵਾਲਾ, ਇਹ ਵਾਤਾਵਰਨ 'ਚ ਕੋਈ ਪੋਲਿਊਸ਼ਨ ਪੈਦਾ ਨਹੀਂ ਕਰਦਾ। ਤੋ ਜੋ ਹਾਲਾਤ ਬਣਦੇ ਜਾ ਰਹੇ ਹੈ ਕਿ ਸਾਨੂੰ ਕੁਛ ਸਮੇਂ ਬਾਅਦ ਜੋ ਅਸੀਂ ਹੁਣ ਸਕੂਟਰ ਕਾਰਾਂ ਲਈ ਫਿਰਦੇ ਹਾਂ, ਜਿਹੜਾ ਸਾਨੂੰ ਇਲੈਕਟ੍ਰਿਕ ਵਹੀਕਲਸ ਹੀ ਲੱਗੀਆਂ, ਤਾਂ ਮੈਂ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਸਾਡੇ ਸ਼ਹਿਰ ਨੂੰ ਏਜੰਸੀ ਖੋਲ੍ਹ ਕੇ ਇੱਕ
ਸ਼ਹਿਰ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਵੱਲ ਇੱਕ ਕਦਮ ਚੁੱਕਿਆ। ਮੈਂ ਉਹਨਾਂ ਨੂੰ ਇਸ਼ਾਵਾਂ ਦਿੰਦਾ, ਸ਼ੁਭਕਾਮਨਾ ਦਿੰਦਾ ਕਿ ਇਹ ਆਪਣੇ ਇਸ ਨਵੇਂ ਪ੍ਰੋਜੈਕਟ 'ਚ ਪੂਰਨ ਤੌਰ 'ਤੇ ਕਾਮਯਾਬ ਹੋਣ ਔਰ ਸ਼ਹਿਰ ਨੂੰ ਇੱਕ ਵਧੀਆ ਫੈਸਿਲਿਟੀ ਜੋ ਇਹਨਾਂ ਨੇ ਪ੍ਰੋਵਾਈਡ ਕੀਤੀ ਹੈ, ਆਉਣ ਵਾਲੇ ਸਮੇਂ 'ਚ ਵੀ ਹੋਰ ਜਿਹੜੇ ਮਾਡਲ ਜੋ ਈ ਬਾਈਕ ਦੇ ਹਨ ਉਹ ਮੁਹੱਈਆ ਕਰਾਂਗੇ। ਠੀਕ।